हेलो एंड वेलकम गाइस, कमे आई होप तुसी सारे कैंट होंगे। तो गाइस आप भी पूरे कैंट पता नहीं की फंबल जब वजन लग गया। तो गाइस ट्रैक्टर सारा कस कुस दिता, तो हम बापू कहते आप स्टार्ट करके तो तोर के देखते हैं, है ना। सैट काम चक बे वाहगुरु मेरा मालका सुख रखी, सारा कुछ सैट हो जाए। हम आइड से कर दू फिर वाहेगुरू सुख रखी बाबा कर दे कृपा। हाँ ओटे कर दो, ओटे काके ओटे कड़ी, ओटे कर दे। क्लच चको, क्लच चक, क्लच कढ लै मुंडे बाहर, कहते डायनासोर देख दे। हम तो लो गेट च जाता है, लंघ जा बाऊ। है आवाज तेन हाई च पता लगू ना। मुंडे कास्ता सारा कुछ ही गेड़ा गुड़ा कढ के देख आंदा, जो गेर पाई ना एदा पांचवा दबन ही लग गया भजदा बहुत। बापू ऐ लगता कि ट्राला नहीं पिछे पाया हुंदा भर के ओवे जोर मारदा, है ना। धोया हुण टर्बो टर्बो लाउणी पैणी आ मुंडे इहदे ते, भज्जण तां लग गया वाधू बाबी दी कृपा नाल। ते बाकी इनू हुण वड्डे रोड ते हुण जांदे होए असीं भजावांगे, देखांगे किन्नी दी स्पीड मारदा, ठीक आ। ते देखदे आ हुण की बणदा छड़दा। गाइस ट्रैक्टर दा हो गया पूरा काम, होर बापू जी की कहना चाहोगे। ਹੁਣ ਤਾਂ ਯਾਰ ਰੇਸ ਹੀ ਭੈਣ ਜੋ ਲੈ ਲੈਣ ਗੱਡੀ ਵਾਂਗੂ ਫੜਦਾ। ਤੂੰ ਕਹ ਬਾਪੂ ਤੂੰ ਨਹੀਂ ਛੱਡਦਾ ਮੈਂ ਤਾਂ ਹੁੰਦਾ। ਧੂਆਂ ਤਾਂ ਸਹੀ ਗੱਲ ਆ, ਜਦੋਂ ਟਰਬੋ ਲਾਉਣਾ ਪਊਗਾ ਪਾਉਣ ਜਾ ਟਰਬੋ ਲਾਉਣਾ ਪਊਗਾ। ਹਾਂ ਉਹ ਤੁਹਾਡੇ ਹਿਸਾਬ ਨਾਲ ਯਾਰ ਮੇਰੇ ਹਿਸਾਬ ਨਾਲ 125 ਦੇ ਲਾਗੇ ਪਹੁੰਚ ਜਾਂਦਾ। ਹੈ 1000 ਵਾਲੀ ਸੜਕ ਤੇ ਕੋਈ ਸੜਕ ਤੇ ਛੋਟੀ ਸੀ ਤੇ ਰੇਸ ਹੀ ਨਹੀਂ ਫੜੀ ਇਹਨੇ ਜਾ ਕੇ, ਫਿਰ ਮੈਂ ਹੌਲੀ ਕਰ ਲਿਆ। ਫਿਰ ਠੀਕ ਮੈਂ ਨਹੀਂ ਯਾਰ ਕਦੇ ਮੈਂ ਇਹਨੇ ਸਪੀਡ ਭਜਾਇਆ ਵੀ ਨਹੀਂ ਕਦੀ, ਕੋਈ ਵੀਕਲ ਨਹੀਂ ਭਜਾਇਆ। ਉਹ ਜਾਊ 120-125 ਹੈ ਨਾ ਬਾਪੂ ਉੱਤੇ ਉੱਤੇ ਬੜੇ ਆਰਾਮ ਨਾਲ, ਬੜੇ ਆਰਾਮ ਨਾਲ, ਬੜੇ ਹੀ ਆਰਾਮ ਨਾਲ ਨਿਆਰਾ ਆ ਗਿਆ ਟਰੈਕਟਰ ਫਿੱਟ ਕਰਨ ਨੂੰ। ਚਲੋ ਟਾਈਮ ਤਾਂ ਲੱਗ ਗਿਆ ਆਪਾਂ ਨੂੰ, ਟਾਈਮ ਤਾਂ ਲੱਗ ਗਿਆ। ਹਾਂ ਲੱਗ ਗਿਆ ਆਪਾਂ ਨੂੰ, ਬਾ ਹੁਣ ਕੱਲੀ ਟਰਬੋ ਦਾ ਹੈ ਨਾ ਬਾਪੂ, ਕਿਉਂਕਿ ਦਬਦਾ ਛੇਤੀ ਫੜਨੀ ਨਹੀਂ ਕਰਨੀ ਇਹਨੇ। ਹਾਂ ਘੱਟੋ ਘੱਟ 2 ਕਿਲੋਮੀਟਰ ਤੇ ਜਾ ਕੇ ਫੜੂ ਫੁੱਲ ਰੇਸ, ਹੁਣ ਤਾਂ 5 ਕਿਲੋਮੀਟਰ ਤੇਲ ਵਧਾ ਦਿੰਨੇ ਥੋੜਾ ਜਿਹਾ, ਵਧਾ ਦੇ ਦੋ ਚੂੜੀਆਂ, ਅੱਧੀ ਚੂੜੀ ਤੇਲ ਹੋਰ ਕਰ ਦੇ। ਹਾਂ ਚੂੜੀ ਕ ਵਧਾ ਦਿੰਨੇ ਆ, ਚੂੜੀ ਕ ਵਧਾ ਦੇ। ਤੂੰ ਆ ਤਾਂ ਫਿਰ ਕੋ ਇੱਕ ਨਾ ਉਹ ਬਕਸਾ ਹਵਾ ਬਹੁਤ ਕ੍ਰੋਸਿੰਗ ਕਰਦਾ ਤਾਂ ਲੋਡ ਜਾ ਲੈਂਦਾ। ਹਾਂ ਜੇ ਉਹ ਡੈੱਕ ਵੀ ਲਾਇਆ ਹੋਵੇ ਨਾ ਫਿਰ ਛੇਤੀ ਸਪੀਡ ਫੜ ਲਵੇ। ਹਾਂ ਇੱਕ ਟਾਇਰਾਂ 'ਚ ਪਾਣੀ, ਇੱਕ ਟਾਇਰਾਂ 'ਚ ਪਾਣੀ, ਅੱਧਾ ਕ ਬਕਸਾ ਜਾ ਦੋ ਸਪੀਡ। ਹਾਂ ਇਹ ਕਦੀ ਲਾ ਲਿਆ ਦੋ ਕੰਮ ਕਰ ਲੈ, ਐਂ ਹੀ ਕਰਾਂਗੇ ਬਾਪੂ। ਹਾਂ ਕਦੀ ਲਾ ਲਿਆ ਕਦੀ ਲਾ ਲਿਆ ਕਿਹੜੀ ਗੱਲ ਆ। ਹੂੰ ਲੋਡ ਜਾਣ ਲੱਗੇ ਲਾ ਜਾ ਕਰਾਂਗੇ ਯਾਰ, ਚੌਥੇ 'ਚ ਤੁਰਿਆ ਜਾਣ ਦੇਵੇ ਬਾਪੂ, ਠੀਕ ਆ। ਜੇ ਕੋਈ ਭਜਾਉਣ ਲੱਗਾ ਜਦੋਂ ਭਜਾਉਣ ਲੱਗਾ ਉਦੋਂ ਪੰਜਵਾਂ ਪਾ ਲਵੇ। ਹਾਂ ਸਹੀ ਆ, ਚੌਥੇ ਜੋਨਾਂ ਹੀ ਭੱਜੇਗਾ ਜਿੰਨਾ ਆਂਦਾ ਭਜਦਾ। ਹਾਂ ਹਾਂ ਚੌਥੇ ਜੋਨਾਂ ਹੀ ਭਰੂਗਾ। ਹਾਂ ਚੌਥੇ ਸਪੀਡ ਓਨੀ ਰੱਖੀ ਹੋਈ ਹੈ ਨਹੀਂ, ਮੈਂ ਕਿ ਤਾਂ ਹੀ ਰੱਖੀ ਹੈ ਨਾ। ਹਾਂ ਜਦੋਂ ਤੁਸੀਂ ਜਦੋਂ ਰੋਡ ਤੇ ਘਰਾਉਣਾ ਉਹ ਪੰਜਵਾਂ ਪਾ ਲਿਆ, ਗੇਅਰ ਵੀ ਵਧਾ ਦਿੱਤਾ, ਲੈ ਢੂੜਾ ਕੱਢ ਦਿੱਤੀਆਂ, ਸਰਾ ਕਰਾਤਾ ਸਰਾ, ਵੀ ਐਸਾ ਕਿਹਦਾ ਗੇਅਰ ਇੱਕ ਹੋਰ ਲੱਗਾ ਉਹਨੂੰ ਪੰਜਵਾਂ ਪਾ ਲਿਆ। ਹਾਂ ਸਹੀ ਗੱਲ ਯਾਰ, ਇੰਨਾ ਟਾਈਮ ਤਾਂ ਹੀ ਖਰਾਬ ਹੋਇਆ ਨਾ ਆਪਣਾ, ਚਲੋ ਮਿਹਨਤ ਪੱਲੇ ਪੈ ਗਈ ਆਪਣੇ ਸਾਰੇ। ਸਹੀ ਗੱਲ ਆ ਬਾਪੂ, ਆਪਾਂ ਤਾਂ ਪੂਰੇ ਖੁਸ਼ ਆ, ਖੁਸ਼ ਆ ਤੂੰ, ਖੁਸ਼ ਸਾਰੇ ਖੁਸ਼ ਨਹੀਂ ਨਹੀਂ ਖੁਸ਼ ਆ ਆਪਾਂ ਬਾਪੂ। ਬਾ ਹੁਣ ਕਾਸ ਦੀ ਗਿਆ ਹਨਾ ਕਿ ਨਹੀਂ,
ਹੋਰ ਬਾਪੂ ਚਲੋ ਠੀਕ ਆ ਬਾਈ ਫਿਰ ਓਕੇ ਜੀ ਲਵ ਯੂ ਲਵ ਯੂ ਆ ਸਾਰਿਆਂ ਨੂੰ ਡਣਾ ਫਿਰ ਕਰੋਪਾ ਲੱਗਣਾ ਕਰੂਗਾ ਆਵਾ ਜੀ ਲੱਗਾ ਹੋਏਗਾ ਲੱਕੀ ਆ ਕੋਈ ਨਾ ਫੇਰ ਆ ਜਾਗੇ ਹਾਂ ਫੇਰ ਆ ਜਾਗੇ ਭਾਈ ਸਾਹਿਬ ਹਜੂਰ ਸਾਹਿਬ ਜਾ ਆਈਏ ਜਾਣਾ ਤਾਂ ਵੇਖ ਲਓ ਹਜੂਰ ਸਾਹਿਬ ਭੋਲੇ ਮਲੇ ਦੇ ਦੱਸ ਦਾਂਗੇ ਤੁਹਾਨੂੰ ਚੱਲ ਠੀਕ ਆ ਤੈਨੂੰ ਕਹਿ ਹਾਂ ਬਾ ਠੀਕ ਆ ਓਕੇ ਬਾਈ ਭਾਈ ਹੁਣ ਤਾਂ ਬਾਲਾ ਭਾਈਦਾ ਯਾਰ ਇੰਨੇ ਚੱਕਰਾਂ ਤੇ ਨਾ 1000 ਚੱਕਰਾਂ ਤੇ 50 ਦੀ ਸਪੀਡ ਮਾਰਦਾ ਤੇ 2000 ਚੱਕਰ ਤੇ ਕਿੰਨੀ ਦੀ ਮਾਰੂ ਜਾਂਦਾ ਦੱਸੀ ਮਾੜਾ ਯਾਰ 140 ਜੁਲੀ ਦੀ ਸਪੀਡ ਮਾਰੂਗਾ ਇਹ ਹੋਰ ਬਾਈ ਜੀ ਕੀ ਹਾਲ ਚਾਲ ਆ ਫਿਰ ਤਾਂ ਸਿਰਾਂ ਲਾਇਆ ਬੈਟ ਰਾਈਟਰ ਵਾਲਾ ਭਾਈ ਜਵਾਨ ਥੈਂਕ ਯੂ ਬਾਈ ਬਸ ਇਹਨਾਂ ਗਰਾਰੇ ਬਦਲਾ ਕੇ ਆਉਂਦੇ ਸੀਗੇ ਇਹਨੂੰ ਭਾਜਦਾ ਕੀਤਾ 100 ਤੇ ਜਾਂਦਾ ਹੁਣ ਤੇ ਹਾਂ ਹੁਣ ਨਾ ਇਹਦੇ ਟਰਬੋ ਲਵਾਉਣੀ ਪੈਣੀ ਆ ਹੁਣ ਚੜ੍ਹਦਾ ਤਾਂ 60 ਤੇ ਹੀ ਆ ਜਦੋਂ ਟਰਬੋ ਹੁਣ ਦਬਣ ਲੱਗ ਜਾਂਦਾ 60 ਤੋਂ ਗਾਂਹ ਜਾ ਕੇ ਹੁਣ ਟਰਬੋ ਲਾ ਕੇ ਫਿਰ ਵਧਿਆ ਕਰੂਗਾ ਹੋਰ ਸੈਟ ਥੈਂਕ ਯੂ ਚਾਚਾ ਕਿੰਨਾ ਕੁ ਭਾਜਦਾ ਬਾਈ ਗਾਈਸ ਬਿਨਾ ਟਰਬੋ ਤੋਂ ਟਰੈਕਟਰ ਆਪਣਾ ਚੜ੍ਹਨ ਲੱਗ ਗਿਆ 80-85 ਤੇ ਠੀਕ ਆ ਉਵੇਂ ਰੇਸ ਵੀ ਸਿਰੇ ਨਹੀਂ ਲਾਈ ਸੀਗੀ ਇੱਕ ਹਵਾ ਬਹੁਤ ਰੋਕਦਾ ਡੈੱਕ ਠੀਕ ਆ ਟਰਬੋ ਲੱਗ ਗਈ ਤੇ ਰੇਸ ਤੇ ਤੇਲ ਥੋੜ੍ਹਾ ਜਿਹਾ ਵੱਧ ਗਿਆ ਤੇ ਰੇਸ ਥੋੜ੍ਹੀ ਜਿਹੀ ਵਧਾ ਤੀ ਫਿਰ ਬਾਈ 120 ਪਲੱਸ ਚਾਚਾ ਰੋਕ ਬੱਸ ਤੋਂ ਮੂਹਰੇ ਕੱਢਿਆ ਬੱਸ ਵਾਲੇ ਝਾਕਣ ਇਹ ਜਾਂਦਾ ਕਿਵੇਂ ਹੈ ਨਾ ਬਾਲਾ ਭਾਜਦਾ ਬਾਈ ਸਿਰਾ ਹੋ ਗਿਆ ਭਾਈ ਵੇਖ ਲਓ RPM ਮਸਾ 1400-1500 ਆ ਤੇ ਸਪੀਡ ਵੇਖੋ 50 ਦੀ ਸਪੀਡ ਮਾਰੀ ਜਾਂਦਾ 1400 RPM ਤੇ ਤੂੰ ਗਾਂ ਕੀਤਾ ਫੇਰ ਤਾਂ ਬਸ ਸਿਰਾ ਹੋ ਜਾਣਾ ਮੁੰਡੋ ਦੂਜੇ ਜਵਾਬ ਬਹੁਤਾ ਨੀ ਮੈਂ ਬੋਲਦਾ ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਕੋਲਦਾ।